ਅਸਲਾਮ ਵਾਲੇਕਮ ਦੋਸਤੋ, ਕੀ ਹਾਲ ਚਾਲ? ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ। ਸਭ ਤੋਂ ਪਹਿਲੇ ਤਾਂ ਮਾਜ਼ਰਤ ਚਾਹੁੰਦਾ ਵਾਂ ਕਿ ਅੱਜ ਸਾਰਾ ਦਿਨ ਮੈਂ ਬਿਜ਼ੀ ਬੜਾ ਸੀਗਾ, ਦੂਰ ਗਿਆ ਸੀ ਇੱਕ ਜਗ੍ਹਾ 'ਤੇ, ਉੱਥੋਂ ਆਇਆ ਹੁਣੀ ਆ ਕੇ ਫਰੈਸ਼ ਹੋ ਕੇ ਨਾ, ਅਤੇ ਮੈਂ ਛੇਤੀ ਛੇਤੀ ਵੀਡੀਓ ਬਣਾਉਣੀ ਸ਼ੁਰੂ ਕਰਤੀ ਆ। ਅੱਜ ਸਾਰਾ ਦਿਨ ਦਾ ਵਲੋਗ ਨਹੀਂ ਮੈਂ ਬਣਾ ਸਕਿਆ, ਇਹਦੇ ਲਈ ਮਾਜ਼ਰਤ। ਉਹਦੀ ਵਜ੍ਹਾ ਹੈ ਕਿ ਇੱਕ ਲੰਬਾ ਸਫ਼ਰ ਸੀ ਜਿੱਥੇ ਮੈਂ ਗਿਆ ਸੀ, ਉੱਤੋਂ ਮੋਟਰਸਾਈਕਲ 'ਤੇ ਇਕੱਲਾ ਸੀਗਾ ਤਦ ਕਰਕੇ, ਅਤੇ ਲਿਹਾਜ਼ਾ ਅੱਜ ਮੈਂ ਤੁਹਾਡੇ ਲਈ ਦੋ ਸਟੋਰੀਆਂ ਲੈ ਕੇ ਆਇਆ ਵਾਂ, ਕਿਉਂਕਿ ਅੱਜ ਤਾਂ ਮਜ਼ਦੂਰ ਵੀ ਨਹੀਂ ਸੀ ਆਏ ਤਦ ਕਰਕੇ ਵਲੋਗ ਵੀ ਨਹੀਂ ਬਣਾ ਸਕਿਆ, ਨਾਲੇ ਕੰਮ ਵੀ ਦੂਰ ਦਾ ਸੀ। ਦੋ ਸਟੋਰੀਆਂ ਤੁਹਾਨੂੰ ਸੁਣਾਉਣੀਆਂ ਅੱਜ, ਇੱਕ ਬਾਦਸ਼ਾਹ ਦੇ ਘੁਮਿਆਰ ਦੀ ਸੁਣਾਉਣੀ ਆ ਅਤੇ ਇੱਕ ਬਾਦਸ਼ਾਹ ਦੀ ਉਹਦੀ ਸਲਤਨਤ ਦੀ। ਦੋਵੇਂ ਸਟੋਰੀਆਂ ਸੁਣੋ, ਫਿਰ ਮੈਨੂੰ ਦੱਸਿਓ ਕੈਸੀਆਂ ਲੱਗੀਆਂ। ਸਰ ਕੀ ਦੱਸਣ ਦੇ ਸੀ ਭਲਾ? ਇੱਕ ਬਾਦਸ਼ਾਹ ਸੀਗਾ, ਮਤਲਬ ਕਿ ਲਾ ਲਓ ਕਿ ਦੁਨੀਆ ਦਾ ਘੁਮਿਆਰ ਸੀਗਾ, ਉਹ ਦੁਨੀਆਂ ਦਾ ਅੱਕਿਆ ਹੋਇਆ ਖੋਤੇ ਤੋਂ। ਉਹਨੇ ਕਿਹਾ ਯਾਰ ਏਦਾਂ ਵੀ ਤਾਂ ਮਰਨ ਹੀ ਡੇ ਆ, ਤੇ ਕਿਉਂ ਨੀ ਬਾਦਸ਼ਾਹ ਜੀ ਨਾ ਕੱਢ ਲੈਂਦੇ ਰਾਤ ਕਬਰ ਦੇ ਵਿੱਚ। ਉਹਨੇ ਇਹ ਗੱਲ ਸੋਚ ਕੇ ਨਾ ਉਹਨੇ ਕਿਹਾ ਯਾਰ ਮਰੇ ਤਾਂ ਹੈ ਹੀ ਆ, ਅਤੇ ਚਲੋ ਇੱਦਾਂ ਕਰਦੇ ਹਾਂ। ਉਹ ਭਾਈ ਉਹਨੇ ਕਿਹਾ ਚਲਾ ਗਿਆ ਦੁਨੀਆਂ 'ਚ ਐਲਾਨ ਕਰਾ ਤਾ। ਉਹਨੇ ਕਿਹਾ ਮਸਲ ਬਾਦਸ਼ਾਹ ਨੇ ਉਹਨੂੰ ਕਿਹਾ ਤੁਹਾਡੀ ਕਬਰ ਦੇ ਵਿੱਚ ਮੈਂ ਸੋਵਾਂਗਾ। ਉਹਨੇ ਕਿਹਾ ਠੀਕ ਹੈ। ਉਹਨੇ ਕਿਹਾ ਸਾਰੀ ਦੁਨੀਆ ਇਕੱਠੀ ਕਰ ਲਈ, ਉਹਨੇ ਕਿਹਾ ਲੋਈ ਘੁਮਿਆਰ ਨੇ ਸੋਣਾ ਵਾ। ਰਾਤ ਦੇ ਆ ਗਏ ਜੀ, ਉਹ ਟਾਈਮ ਆ ਗਿਆ, ਘੁਮਿਆਰ ਸਾਹਿਬ ਨਾਲ ਦਫਨਾ ਤਾ ਵਿੱਚ ਭਾਈ। ਅਗਲੇ ਦਿਨ ਜਦੋਂ ਮਸਲ ਦਿਨ ਚੜਿਆ, ਵਾਮ ਫਿਰ ਇਕੱਠੀ ਹੋ ਗਈ, ਘੁਮਿਆਰ ਨੇ ਨਿਕਲਣਾ, ਉਹਨੇ ਬਾਦਸ਼ਾਹ ਬਣ ਗਿਆ। ਘੁਮਿਆਰ ਭਾਈ ਉੱਠਿਆ ਅਤੇ ਉੱਠ ਕੇ ਉਹਨੇ ਦੌੜ ਲਾ ਦਿੱਤੀ ਵਾਮ ਦੇ ਵਿੱਚ। ਉਹਨੇ ਕਿਹਾ ਕੀ ਹੋਇਆ ਯਾਰ? ਕਹਿੰਦਾ ਯਾਰ ਵਾਮ ਦੇ ਇੰਨੀ ਵਾਮ ਦਾ ਮੈਂ ਹਿਸਾਬ ਕਿੱਥੋਂ ਦੇਣਾ, ਮੇਰੇ ਕੋਲ ਸਾਰੀ ਰਾਤ ਖੋਤੇ ਦਾ ਹਿਸਾਬ ਦਿੱਤਾ ਗਿਆ, ਕਿੱਥੇ ਪਾਣੀ ਪਾਇਆ ਕਿੱਥੇ ਨਹੀਂ। ਕਹਿੰਦਾ ਮੇਰੇ ਕੋਲ ਸਾਰੀ ਰਾਤ ਖੋਤੇ ਦਾ ਹਿਸਾਬ ਨਹੀਂ ਦਿੱਤਾ ਗਿਆ ਭਰਾਵਾ, ਅਤੇ ਇੰਨੀ ਜਨਤਾ ਦਾ ਮੈਂ ਹਿਸਾਬ ਕਿੱਥੋਂ ਦੇਣਾ। ਇਹ ਉਸਤਾਦ ਨੂੰ ਮੈਂ ਦਿਲ ਦੀ ਕਹਾਣੀ ਸੁਣਾਈ ਨਾ, ਉਹਨੇ 15 ਲੱਖ ਖਾ ਲਿਆ ਮੇਰਾ। ਉਸਤਾਦ ਮੈਨੂੰ ਮਿਸਾਲ ਸੁਣਾ ਰਿਹਾ ਕਿ ਇੱਕ ਹਿਸਾਬ ਤੇ ਇੱਕ ਖੋਤੇ ਦਾ ਨਹੀਂ ਦਿੱਤਾ ਗਿਆ ਘੁਮਿਆਰ ਕੋ, ਤਾਂ ਤੇਰੇ 15 ਲੱਖ ਦਾ ਹਿਸਾਬ ਕਿੱਥੋਂ ਦੇਗਾ? ਔਰ ਖਾਲੀ ਮੇਰਾ ਹੀ 15 ਨਹੀਂ ਖਾਧਾ, ਹੋਰ ਵੀ ਵਾਮ ਦੇ ਬਥੇਰੇ ਖਾਧੇ ਆ। ਤੁਸੀਂ ਇੱਕ ਮਿਸਾਲ ਤਾਂ ਸੁਣੀ ਹੋਣੀ, ਇੱਕ ਬਾਦਸ਼ਾਹ ਸੀਗਾ, ਉਹਨੇ ਪੁੱਲ 'ਤੇ ਆਪਣੇ ਬੰਦੇ ਲਾਏ ਸੀ ਵੀ ਲੋ ਜੀ ਜਿਹੜਾ ਵੀ ਸ਼ਹਿਰੀ ਇੱਥੋਂ ਲੰਘੇ ਨਾ ਉਹਨੂੰ ਤੁਸੀਂ 5 ਛਿੱਤਰ ਮਾਰਨੇ ਆ। ਆਵਾਮ ਨੇ ਕੀ ਕਰਨਾ, ਉੱਥੋਂ ਲੰਘਣਾ, 5 ਛਿੱਤਰ ਖਾਣੇ, ਚੁੱਪ ਕਰਕੇ ਨਿਕਲ ਜਾਣਾ, ਲਾਈਨ 'ਚ ਲੱਗਣਾ, 5 ਛਿੱਤਰ ਖਾਣੇ ਨਿਕਲ ਜਾਣਾ। ਉਹ ਇੱਕ ਦਿਨ ਨਾ ਸਾਰੇ ਸ਼ਹਿਰੀ ਇਕੱਠੇ ਹੋ ਗਏ ਆਏ ਬਾਦਸ਼ਾਹ ਕੋ। ਬਾਦਸ਼ਾਹ ਨੂੰ ਇਹ ਕਿ ਬਾਏ ਹੁਣੇ ਮੇਰੀ ਕਦਰ ਕਰਨਗੇ, ਮੈਨੂੰ ਕਹਿਣਗੇ ਬਾਦਸ਼ਾਹ ਕਿ ਆਪਣੇ ਬੰਦੇ ਉੱਥੋਂ ਢਾ ਕਿ ਸਾਨੂੰ ਛਿੱਤਰ ਮਾਰਦੇ ਆ। ਉਹ ਆ ਕੇ ਕਹਿੰਦੇ ਬਾਦਸ਼ਾਹ ਸਲਾਮਾ, ਤਾਂ ਗੱਲ ਇੱਦਾਂ ਵਾ ਕਿ ਆਪਣੇ ਨਾਲ ਛਿੱਤਰ ਮਾਰਨ ਵਾਲੇ ਬੰਦੇ ਵਧਾ ਦਿਓ, 5-5 ਛਿੱਤਰ ਮਾਰਦੇ ਆ, ਅਸੀਂ ਕੰਮਾਂ 'ਤੇ ਜਾਣਾ ਹੁੰਦਾ, ਲੇਟ ਹੋ ਜਾਂਦੇ ਆ। ਉਹ ਕੱਲ੍ਹ ਕੁੜੀ ਆਵੇ ਦਾ ਕੋਈ ਬੰਦਾ ਇੱਥੋਂ ਲੰਘਿਆ ਵਾ, ਆ ਵਾਰ ਤੋੜ ਗਿਆ, ਕੱਲ੍ਹ ਹੀ ਲਾਏ ਨੇ, ਕੰਧ ਨੂੰ ਕੁੱਬ ਪਾ ਗਿਆ। ਇਹ ਛਿੱਤਰਾਂ ਵਾਲੀ ਕੌਮ ਆ, ਪਾਕਿਸਤਾਨੀ ਕੌਮ ਆ, ਗੁੱਸਾ ਕਰਨ ਦੀ ਗੱਲ ਕੋਈ ਨਹੀਂ, ਇਹ ਹਕੀਕਤਨ ਛਿੱਤਰਾਂ ਵਾਲੀ ਕੌਮ ਆ, ਇਹਨੂੰ ਛਿੱਤਰ ਵੱਜਦੇ ਰਹਿਣ, ਇਹ ਸਹੀ ਰਹਿੰਦੇ ਨੇ, ਇਹ ਬੰਦਾ ਲੱਭ ਜਾਣਾ ਅਤੇ ਬੰਦਾ ਇਹਨੂੰ ਇੱਥੇ ਬੰਨ੍ਹ ਕੇ ਛਿੱਤਰ ਮਾਰੇ। ਹਾਂਜੀ, ਕੈਸੀਆਂ ਲੱਗੀਆਂ ਫਿਰ ਸਟੋਰੀਆਂ? ਅਗਰ ਚੰਗੀਆਂ ਲੱਗੀਆਂ ਨੇ ਤਾਂ ਕਮੈਂਟ ਬੋਕਸ 'ਚ ਆਪਣੀ ਰਾਏ ਦਾ ਇਜ਼ਹਾਰ ਕਰੋ, ਅਤੇ ਵੀਡੀਓ ਨੂੰ ਲਾਈਕ ਕਰਕੇ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ, ਵੀਡੀਓ ਆਪਣੇ ਕਿਸੇ ਨਾ ਕਿਸੇ ਦੋਸਤ ਨਾਲ ਸ਼ੇਅਰ ਕਰ ਦਿਉ। ਅੱਜ ਵਾਸਤੇ ਇੰਨਾ ਹੀ ਬਹੁਤ ਆ, ਅਤੇ ਆਪਣਾ ਬਹੁਤ ਸਾਰਾ ਖਿਆਲ ਰੱਖਿਓ। ਮੈਨੂੰ ਦਿਓ ਇਜਾਜ਼ਤ, ਅੱਲਾ ਹਾਫਿਜ਼।